ਹੋ ਮੇਰੀ ਜੁਗਨੀ ਦੇ ਠੱਠੇ ਬੱਗੇ ਜੁਗਨੀ ਉਹਦੇ ਮੂੰਹ ਹੋ ਜੁਗਨੀ ਉਹਦੇ ਮੂੰਹੋਂ ਫੱਬੇ ਜੀ ਨੂੰ ਸੱਚ ਇਸ਼ਕ ਦੀ ਹੋ ਜੀ ਨੂੰ ਸੱਚ ਇਸ਼ਕ ਦੀ ਬੱਜੇ ਓਏ ਫਿਰ ਫਿਰਿਆ ਓ ਜੁਗਨੀ ਹੋ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈਂ ਦਾ ਉਹ ਨਾਮ ਬੜੀ ਦਾ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਮਾਨਤਾ ਜੀ ਹੁਣ ਬਹੁਤ ਜ਼ਿਆਦਾ ਹੋ ਰਿਹਾਗਾ ਆਪਣੇ ਮਾਪੇ-ਬਾਪ ਦਾ ਨਾਮ ਰੌਸ਼ਨ ਕਰਕੇ ਆਪਣੀ ਪਿੰਡ ਦਾ ਨਾਮ ਰੌਸ਼ਨ ਕਰਕੇ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਮੈਂ ਲੁਧਿਆਣੀ ਵਿਡੀਸ਼ਨ ਦਿੱਤਾ ਸੀਗਾ ਕਿਉਂਕਿ ਮੈਂ ਪਟਿਆਲੇ ਪੜ ਰਿਆਂਗਾ ਯੂਨੀਵਰਸਿਟੀ ਦੇ ਵਿੱਚ ਹਨ ਤੇ ਉਮੀਦ ਤਾਂ ਹੈ ਨਹੀਂ ਸੀ ਕਿ ਬਿਲਕੁਲ ਵੀ ਨਹੀਂ ਸੀ ਕਿ ਵੀ ਮੈਂ ਇੱਥੋਂ ਤੱਕ ਪਹੁੰਚੂਗਾ ਸਫਰ ਵੀ ਦਾਵਾ ਡੋੜ ਰਿਹਾ ਹਾਂ ਸਾਫਾ ਪੀਡੀ ਸੀ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਇੱਚਾ ਚੱਕਰ ਸਾਨੂੰ ਪਹੁੰਚਾਇਆ ਅਸੀਂ ਅੱਗੇ ਤੁਹਾਨੂੰ ਡਿੱਗੇਗਾ ਪੜਾਈ ਚ ਵੀ ਹਾਂ ਟੀਵੀ ਵੀ ਨਾਲ ਕੇ ਦੇਖਣ ਲੱਗ ਜਾਣਾ ਪੰਜਵੀਂ ਚ ਪੜਦਾ ਹਾਂ ਜੀ ਅਸੀਂ ਟੀਚਰਾਂ ਨੂੰ ਵੀ ਕਹਣਾ ਵੀ ਪੜਦਾ ਨਹੀਂ ਜਾ। ਕਹਿੰਦੇ ਕੋਈ ਪਤਾ ਨਹੀਂ ਇਹ ਕਿੱਥੇ ਜਾਣਾ। ਮੈਨੂੰ ਵਿਆਹ ਜਿੰਨਾ ਚਾਹ ਸੀਗਾ ਜੀ ਬਹੁਤ ਜਿਆਦਾ ਤੁਸੀਂ ਮਨਾਈ ਆ। ਸਾਰੇ ਹਲਕੇ ਦੇ ਨਾਚ ਚਾਹ ਚਾਹ ਕਹਿੰਦਾ ਨਹੀਂ। ਜਦੋਂ ਇਹ ਪ੍ਰਾਇਮਰੀ ਸਕੂਲ ਚ ਪੜਦਾ ਸੀਗਾ ਜਦੋਂ ਉਧਰ ਹਾਈ ਸਕੂਲ ਚ ਬਾਲਸਵਾ ਹੁੰਦੀ ਤਾਂ ਇਹ ਇੱਥੇ ਚਲਾ ਜਾਂਦਾ। ਔਰ ਉਹਤੇ ਟੀਚਰਾਂ ਨੂੰ ਇਹ ਕਹਿੰਦਾ ਪਲੀਜ਼ ਵੀ ਮੈਨੂੰ ਇੱਕ ਗਾਣਾ ਗਵਾ ਲੂ ਤੁਸੀਂ। ਆ ਅਸੀਂ ਜਦੋਂ ਇਹ ਤੋਂ ਗਾਣਾ ਗਵਾਉਂਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ। ਵਾਇਸ ਆਫ ਪੰਜਾਬ ਸੀਜ਼ਨ 14 ਵਿਚ ਫਸਟ ਰਨਰ ਅਪ ਰਹੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਗੜ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਹੈ ਜਿਸ ਦੇ ਪਰਿਵਾਰ ਕਾਫੀ ਖੁਸ਼ ਹੈ ਇਹਦੇ ਨਾਲ ਨਾਲ ਪਿੰਡ ਵਾਸੀ ਉਸਦੇ ਟੀਚਰ ਕਾਫੀ ਖੁਸ਼ ਨੇ ਤੇ ਉਸ ਦਾ ਘਰ ਪਹੁੰਚਣ ਤੇ ਸਵਾਗਤ ਕੀਤਾ ਗਿਆ ਸੀ ਇਸ ਵਕਤ ਉਹ ਦੇ ਘਰ ਮੌਜੂਦ ਹੈ ਤਸਵੀਰਾਂ ਦਿਖਾ ਦਈਏ ਕੀ ਪੂਰਾ ਪਰਿਵਾਰ ਆ ਜਿਹੜਾ ਇੱਥੇ ਖੁਸ਼ ਹੋਇਆ ਪਰਿਵਾਰ ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਉਸ ਦੇ ਨਾਲ-ਨਾਲ ਉਹਦੇ ਟੀਚਰ ਸਾਥ ਸਬੰਧੀ ਪਿੰਡ ਵਾਸੀ ਰਿਸ਼ਤੇਦਾਰ ਆ ਜਿਹੜਾ ਉਹਦਾ ਸਵਾਗਤ ਕਰ ਰਹੇ ਨੇ ਦਿਹਾਰ ਪਾ ਕੇ ਜਿਹੜਾ ਉਹਦਾ ਸਵਾਗਤ ਕੀਤਾ ਉਸ ਦੀ ਮਾਤਾ ਪਿਤਾ ਕਾਫੀ ਜ਼ਿਆਦਾ ਖੁਸ਼ ਨੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਪ੍ਰਗਟ ਨਾਲ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕੀ ਕਹਿਣਾ ਚਾਹੋਗੇ ਅੱਜ ਕਿਸ ਤਰ੍ਹਾਂ ਦੀ ਖੁਸ਼ੀ ਆ ਰਹੀ ਹੈ ਕਿਸ ਤਰ੍ਹਾਂ ਅੱਜ ਮਾਣ ਅ ਪੀਟੀਸੀ ਨੈਟਵਰਕ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਾਨਤਾ ਜੀ ਹੁਣ ਬਹੁਤ ਜ਼ਿਆਦਾ ਹੋ ਰਿਹਾਗਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਕੇ ਪਿੰਡ ਦਾ ਨਾਮ ਰੋਸ਼ਨ ਕਰਕੇ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਮੇਰੇ ਸਾਰੇ ਅਧਿਆਪਕ ਸਹਿਬਾਨ ਖੜੇ ਨੇ ਉਹਨਾਂ ਨੂੰ ਪਤਾ ਹੀ ਹੈ ਜੋ ਜਰਨੀ ਚੱਲੀ ਆ ਰਹੀ ਹੈ ਮੇਰੀ ਤੇ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਿਆ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਿਆ ਆਪਣੇ ਅਧਿਆਪਕਾਂ ਦਾ ਆਪਣੇ ਉਸਤਾਦਾਂ ਦਾ ਤੇ ਵੱਡੇ ਭਾਈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਨਾਲ ਬੱਡਾ ਬਾਈ ਸ਼ੇਰਾ ਮੇਰੇ ਉਸਤਾਦ ਜਸਵਿੰਦਰ ਸਿੰਘ ਜੀ ਬਾਈ ਯੋਧਪੁਰੀ ਜੀ ਤੇ ਸਾਰੇ ਅਧਿਆਪਕਾਂ ਦਾ ਮੈਂ ਬਹੁਤ ਰਣੀ ਆ ਜੀ ਇਤੋਂ ਤੱਕ ਪਹੁੰਚੇ ਆ ਇਹ ਮੁਕਾਮ ਹਾਸਲ ਕੀਤਾ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਪ੍ਰਗਟ ਕਿੰਨੀ ਕਿ ਮਿਹਨਤ ਕਰਨੀ ਪਈ ਜਦੋਂ ਤੁਸੀਂ ਫਸਟ ਰਾਊਂਡ ਚ ਗਏ ਹੋ ਜਾਂ ਪਹਿਲਾ ਤੁਹਾਡੀ ਸ਼ੁਰੂਆਤ ਹੋਈ ਹੈ ਉਦੋਂ ਕਿਸ ਤਰ੍ਹਾਂ ਦਾ ਰਿਹਾ ਤੇ ਬਾਅਦ ਚ ਜਦੋਂ ਫਾਈਨਲ ਚ ਤੁਸੀਂ ਪੋਜੀਸ਼ਨ ਹਾਸਲ ਕੀਤੀ ਕਿਵੇਂ ਮਹਿਸੂਸ ਕੀਤਾ ਹੈ ਜਦੋਂ ਜਰਨੀ ਸ਼ੁਰੂ ਹੋਈ ਹੈ ਜੀ ਹਨਾ ਮੈਂ ਲੁਧਿਆਣਾ ਐਡੀਸ਼ਨ ਦਿੱਤਾ ਸੀਗਾ ਕਿਉਂਕਿ ਮੈਂ ਪਟਿਆਲੇ ਪੜ ਰਿਆਂਗਾ ਯੂਨੀਵਰਸਿਟੀ ਦੇ ਵਿੱਚ ਹਨਾ ਤੇ ਉਮੀਦ ਤਾਂ ਨਹੀਂ ਸੀ ਕਿ ਬਿਲਕੁਲ ਵੀ ਨਹੀਂ ਸੀਗੀ ਵੀ ਮੈਂ ਇੱਥੋਂ ਤੱਕ ਪਹੁੰਚੂਗਾ ਸਫਰ ਵੀ ਦਾਵਾ ਡੋੜ ਰਿਹਾ ਥੋੜਾ ਜਿਹਾ ਹੈ ਨਾ ਵਿੱਚ ਦੀ ਉੱਥੇ ਆਪਣਾ ਜਿਹੜਾ ਚੱਲ ਰਿਹਾ ਸੀਗਾ ਸ਼ੋਅ ਚੱਲ ਰਿਹਾ ਸੀਗਾ ਪਰ ਫੇਰ ਵੀ ਪ੍ਰਮਾਤਮਾ ਨੇ ਬਾਹ ਫੜੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਨਾ ਇੱਥੋਂ ਤੱਕ ਲੈ ਕੇ ਗਏ ਨੇ ਤੇ ਅੱਗੇ ਵੀ ਉਹੀ ਲੈ ਕੇ ਜਾਣਗੇ ਆਪਾਂ ਤਾਂ ਇਹੀ ਮੰਨਦੇ ਆ ਤੇ ਬਾਕੀ ਮੇਰੇ ਮਾਪਿਓ ਦੀਆਂ ਮੇਰੇ ਅਧਿਆਪਕਾਂ ਦੀਆਂ ਮੇਰੇ ਸਕੇ ਸਬੰਧੀ ਜਿੰਨੇ ਵੀ ਸੀਗੇ ਨੱਗਰ ਦੀਆਂ ਸਾਰਿਆਂ ਦੀਆਂ ਦੁਆਵਾਂ ਸੀਗੀਆਂ ਮੇਰੇ ਨਾਲ ਅਰਦਾਸਾਂ ਸੀਗੀਆਂ ਕਿ ਇੱਥੋਂ ਤੱਕ ਪਹੁੰਚੇ ਹਾਂ ਜੀ ਪਰਗਟ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਪੁੱਤ ਨੇ ਪੰਜਾਬ ਚ ਨਹੀਂ ਪੂਰੀ ਦੁਨੀਆ ਚ ਨਾਮ ਰੌਸ਼ਨ ਕੀਤਾ ਹੈਗਾ ਅੱਜ ਗਾਇਕੀ ਚ ਲੱਗਦਾ ਸੀ ਵੀ ਇਹਨਾਂ ਉੱਚਾ ਚਲਾ ਜਾਊਗਾ ਸਾਨੂੰ ਕੋਈ ਉਮੀਦ ਨਹੀਂ ਸੀ ਜੀ ਇਸ ਗੱਲ ਦੀ ਸਾਨੂੰ ਤਾਂ ਪੀਡੀਸੀ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਇੱਥੇ ਚਿਕਰ ਸਾਨੂੰ ਪਹੁੰਚਾਇਆ ਸਾਡੇ ਪਿੰਡ ਦਾ ਬਹੁਤ ਅਪਰਾਲਾ ਸਸਰੀਆ ਘਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਿੰਨੀ ਕਿ ਮਿਹਨਤ ਕਿੰਨੀ ਕਰਦੇ ਪ੍ਰਗਟ ਪਹਿਲਾਂ ਵੀ ਘਰੇ ਗਾਉਂਦਾ ਰਹਿੰਦਾ ਸੀ ਜਾਂ ਕਦੇ ਬਾਥਰੂਮ ਚ ਗਾਉਂਦਾ ਸੀ ਜਾਂ ਕਦੇ ਫਿਰ ਤੁਸੀਂ ਕਹਿੰਦੇ ਸੀ ਵੀ ਉਹ ਆ ਪੜ ਲੈ ਕੀ ਲੈਣਾ ਕੋਣ ਬਜਾਉਂ ਪੜਨਾਂ ਨਹੀਂ ਥੋੜਾ ਜਿਹਾ ਘਟ ਗਿਆ ਸੀ ਗਾਉਣਾ ਨਹੀਂ ਵੱਧ ਸੀਗਾ ਜਿੰਨਾ ਹਾਂ ਤੇ ਰੁਕਦੇ ਸੀ ਉਦੋਂ ਹਾਂਜੀ ਅਸੀਂ ਅੱਖਾਂ ਤੋਂ ਡਿੱਗੇਗਾ ਪੜਾਈ ਚ ਵੀ ਹਾਂ ਟੀਵੀ ਨੂੰ ਆ ਕੇ ਦੇਖਣ ਲੱਗ ਜਾਣਾ ਪੰਜਵੀਂ ਚ ਪੜਦਾ ਸੀ ਹੂੰ ਅਸੀਂ ਟੀਚਰਾਂ ਨੂੰ ਵੀ ਕਹਣਾ ਵੀ ਪੜਦਾ ਨਹੀਂਗਾ ਹੂੰ ਕਹਿੰਦੇ ਕੋਈ ਪਤਾ ਨਹੀਂ ਨੇ ਕਿੱਥੇ ਹੀ ਜਾਣਾ ਹੂੰ ਅਸੀਂ ਜਿੱਥੇ ਚੱਲਦਾ ਚੱਲਣ ਦੇ ਉਹਨੂੰ ਜਦੋਂ ਹੁਣ ਸ਼ੋਅ ਚੱਲਦੇ ਸੀ ਫਿਰ ਟੀਵੀ ਤੇ ਆਉਂਦਾ ਸੀ ਸ਼ਾਮ ਨੂੰ ਫਿਰ ਕਿਵੇਂ ਖੁਸ਼ੀ ਮਹਿਸੂਸ ਹੁੰਦੀ ਸੀ ਪਿੰਡ ਵਾਲੇ ਵੀ ਕਹਿੰਦੇ ਹੋਣਗੇ ਇਹ ਪ੍ਰਗਟ ਟੀਵੀ ਤੇ ਆਈ ਜਾਂਦਾ ਪਿੰਡ ਨੂੰ ਵਿਆਹ ਜਿੰਨਾ ਚਾਹ ਸੀਗਾ ਜੀ ਬਹੁਤ ਜ਼ਿਆਦਾ ਪਿੰਡ ਨੇ ਖੁਸ਼ੀ ਮਨਾਈ ਆ ਹੂੰ ਸਾਰੇ ਹਲਕੇ ਦੇ ਨ ਬਾਕੀ ਦਾ ਪੰਜਾਬ ਚ ਦੂਜਾ ਨੰਬਰ ਲੈਣਾ ਇੰਨੇ ਆਦਵੀ ਚ ਪਹੁੰਚ ਕੇ ਹਾਂ ਦਾ ਮੇਜ ਨੀ ਸਰਵਿਸ ਤੋਂ ਟਿਕਰ ਪਹੁੰਚ ਜਾਣਗੇ ਬਹੁਤ ਸਿਰੇ ਤੋਂ ਸਿਰਾ ਮੁੰਡਾ ਸੀ ਉੱਥੇ ਜਿਹੜੇ ਬੱਚੇ ਪੜਦੇ ਸੀ ਬਾਬਾ ਧੰਨਵਾਦ ਪੀਟੀਸੀ ਪੰਜਾਬੀ ਦਾ ਬਹੁਤ ਉਪਰਾਲਾ ਕੀਤਾ ਇਹਨਾਂ ਨੇ ਕਿਵੇਂ ਉਪਰਾਲਾ ਮੰਨਦੇ ਹੋ ਪੀਟੀਸੀ ਦਾ ਕਿਉਂਕਿ ਮੱਧ ਵਰਗੀ ਪਰਿਵਾਰਾਂ ਤੁਸੀਂ ਵੀ ਮੱਧ ਵਰਗੀ ਪਰਿਵਾਰਾਂ ਨੂੰ ਮੌਕਾ ਦਿੰਦੇ ਆ ਸਟੇਜ ਦਿੰਦੇ ਆ ਇੰਨੇ ਉੱਪਰ ਪਹੁੰਚਾਉਂਦੇ ਆ ਕਿਵੇਂ ਮੰਨਦੇ ਹੈਗੇ ਤੁਸੀਂ ਇਨਾ ਗਰੀਬ ਕੋਲੇ ਇਨਾ ਪਰਾਲਾ ਹੀ ਨਹੀਂ 10 ਲੱਖ ਰੁਪਏ ਕਿੱਥੋਂ ਦੇ ਦੇਣਗੇ ਪੀਡੀਸੀ ਨੇ ਬਹੁਤ ਇਨਾ ਬੱਚਿਆਂ ਨੂੰ ਲੈ ਕੇ ਗਏ ਆ ਇਹਦੇ ਜੇ ਨਹੀਂ ਪਹੁੰਚ ਪੀਡੀਸੀ ਨਾਲ ਸੰਪਰਕ ਕਰਨ ਬੱਚੇ ਆਉਦੀ ਮਿਹਨਤ ਕਰਨ ਬਹੁਤ ਬਹੁਤ ਧੰਨਵਾਦ ਹੈ ਪੀਡੀ ਪੰਜਾਬੀ ਦਾ ਬਿਲਕੁਲ ਪ੍ਰਗਟ ਦੇ ਮਾਤਾ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਲਾ ਦਾ ਮਨ ਮਨ ਭਰ ਆਇਆ ਮਾਤਾ ਦਾ ਕੋਈ ਨਹੀਂ ਖੁਸ਼ੀ ਆਉਂਦੀ ਰਹਿੰਦੀ ਐ ਇਸ ਤਰ੍ਹਾਂ ਦੀ ਖੁਸ਼ੀ ਆਈ ਐ ਕਿਵੇਂ ਖੁਸ਼ੀ ਮਹਿਸੂਸ ਕਰ ਰਹੇ ਹੈਗੇ ਪ੍ਰਜਾ ਬਹੁਤ ਹੈ ਹੂੰ ਪ੍ਰਗਟ ਨਹੀਂ ਆ ਜੀ ਬਹੁਤ ਮਨੰਤ ਕਰੀਏ ਜੀ ਬੱਚੇ ਛੋਟਾ ਹੁੰਦੇ ਨਾ ਮਾਸਟਰਾਂ ਦੇ ਕੋਲੇ ਜਦੋਂ ਵੀ ਇਹਨੇ ਜਾਣਾ ਮੈਂ ਇਹਨਾਂ ਨੂੰ ਕਹਿਣਾ ਮਾਸਟਰ ਸਾਹਿਬ ਕਿੱਦਾਂ ਪੜਦਾ ਇਹਨਾਂ ਨੇ ਕਹਿਣਾ ਮਾਤਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਬਹੁਤ ਜ਼ਿਆਦਾ ਪੜਦਾ ਇਹ ਤਾਂ ਜੀ ਇਕੱਲੇ ਉਹ ਦੇਖ ਕੇ ਨਾ ਕਾਰਟੂਨ ਇਹ ਤਾਂ ਕੱਲਾ ਤਾੜੀਆਂ ਆਪ ਹੀ ਲਾਈ ਜਾਂਦਾ ਸੀ ਬੈਠਾ ਹੂੰ ਛੋਟਾ ਹੁੰਦਾ ਤੇ ਜਦੋਂ ਮੈਂ ਇਹਨਾਂ ਕੋਲੇ ਜਾਣਾ ਸਾਰਿਆਂ ਕੋਲੇ ਤੁੜੀ ਜੀ ਨੂੰ ਦਿੱਕਤ ਪੈਣ ਲੱਗ ਗਈ ਸੀਗੀ ਚੱਕਰ ਜਿਹਾ ਪੈਣ ਲੱਗਾ ਸੀ ਇਹ ਮੈਨੂੰ ਕਦੇ ਮੈਂ ਵੀ ਜੀ ਤੁਸੀਂ ਆਇਆ ਨਾ ਕਰੋ ਵੀ ਸਾਨੂੰ ਵੀ ਉਹ ਨਹੀਂ ਹੈਗਾ ਤੇ ਇਸੇ ਕਰਕੇ ਜੀ ਪੰਜਵੀਂ ਚੁੱਤ ਮੈਂ ਇਹਨੂੰ ਚੱਕ ਕੇ ਲੈਣ ਦੇ ਲਈ ਬਹੁਤ ਆਪਣਾ ਨਕਰਨੇ ਮੇਰੇ ਸਾਰੇ ਪਰਿਵਾਰ ਨੇ ਇੰਨਾ ਇਹਦਾ ਧੰਨਵਾਦ ਕੀਤਾ ਜੀ ਸ਼ੁਕਰ ਕੀਤਾ ਨਾ ਸਾਡੇ ਪਰਿਵਾਰ ਨੇ ਬਹੁਤ ਚੜ ਦੀ ਕਲਾ ਕੀਤੀ ਹੈ ਸੰਤ ਬਾਬਾ ਮਤਲਬ ਪ੍ਰਗਟ ਟੀਵੀ ਤੇ ਆਉਂਦਾ ਸੀਗਾ ਫਿਰ ਕਿਵੇਂ ਖੁਸ਼ੀ ਹੁੰਦੀ ਸੀ ਇਹ ਸਜਿਆ ਜੀ ਭਾਜੀ ਗੁਰੂ ਰਾਮਦਾਸ ਤੇ ਛੜਤਾ ਸੀ ਮੈਂ ਤਾਂ ਕਿ ਸੰਤਾਂ ਤੇ ਛੜ ਤਾਂ ਮੈਂ ਤਾਂ ਟੈਨਸ਼ਨ ਲਈ ਨਹੀਂ ਮੈਂ ਕਿ ਜਿਵੇਂ ਚੱਲਣਾ ਜਿਵੇਂ ਕਰਨਾ ਗੁਰੂ ਰਾਮਦਾਸ ਨੇ ਕਰਨਾ ਠੀਕ ਹੈ ਮੈਨੂੰ ਉੱਥੋਂ ਦੀ ਵਿਸ਼ਵਾਸ ਸੀ ਉੱਥੇ ਮੈਂ ਜਾਨੀਆ ਦਰਬਾਰ ਸਾਹਿਬ ਉੱਥੋਂ ਦਾ ਬਸ ਮੈਨੂੰ ਬਾਲਾ ਮਾਨ ਸੀ ਤੇ ਸੰਤਾਂ ਦਾ ਸਾਡੇ ਦਾ ਬਾਬਾ ਮਨੀ ਸਿੰਘ ਦਾ ਮੈਂ ਤਾਂ ਸੰਤਾਂ ਤੇ ਛੜਦੀ ਸੀ ਏਟੀਸੀ ਦਾ ਉਪਰਾਲਾ ਕਿਵੇਂ ਮੰਨਦੇ ਹੋ ਮੱਧ ਵਰਗੀ ਪਰਿਵਾਰੋਂ ਕੋਈ ਸੋਚਿਆ ਨਹੀਂ ਸੀ ਵੀ ਗੁਰੂ ਆ ਜੀ ਚੜ ਦੀ ਕਲਾ ਕਰਨ ਵਾਲਾਸਤਾ ਕੁਝ ਨਹੀਂ ਇਸ ਤਾਂ ਦੋਨੇ ਜੀ ਜਾਣ ਪਾੜੀ ਸੀ ਬਸ ਅਸੀਂ ਤਾਂ ਮਿਹਨਤ ਕਰਵਾਈਏ ਨੇ ਅੱਜ ਪੂਰਾ ਪਿੰਡ ਖੁਸ਼ ਆਪੇ ਪੂਰਾ ਬਹੁਤ ਜ਼ਾਦਾ ਆਈ ਬਹੁਤ ਸਾਡੇ ਪਿੰਡ ਨੇ ਖੁਸ਼ੀ ਮਨਾਈ ਆ ਸਾਰੇ ਸਾਡੇ ਨਗਰ ਨੇ ਬਹੁਤ ਹੀ ਖੁਸ਼ੀ ਮਨਾਈ ਆ ਜੀ ਵੱਧੂ ਖੁਸ਼ੀ ਮਨਾਈ ਆ ਪਰਗਟ ਦੇ ਟੀਚਰ ਵੀ ਐ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਪ੍ਰਗਟ ਜਿਹੜਾ ਪੜਦਾ ਸੀਗਾ ਅੱਜ ਟੀਵੀ ਤੇ ਆਉਂਦਾ ਸੀ ਫਿਰ ਤੁਸੀਂ ਵੀ ਕਹਿੰਦੇ ਹੋਵੋਗੇ ਕਿ ਸਾਡਾ ਪੜਾਇਆ ਟੀਵੀ ਤੇ ਆਈ ਜਾਂਦਾ ਤੇ ਆਪਣੇ ਬੱਚੇ ਤੇ ਬਹੁਤ ਮਾਣ ਹੈ ਮੈਨੂੰ ਯਾਦ ਹੈ ਵੀ ਜਦੋਂ ਇਹ ਪ੍ਰਾਇਮਰੀ ਸਕੂਲ ਚ ਪੜਦਾ ਸੀਗਾ ਜਦੋਂ ਉਧਰ ਹਾਈ ਸਕੂਲ ਚ ਬਾਲਸਵਾ ਹੁੰਦੀ ਤਾਂ ਇਹ ਉੱਥੇ ਚਲਾ ਜਾਂਦਾ ਔਰੋਤੇ ਟੀਚਰਾਂ ਨੂੰ ਇਹ ਕਹਿੰਦਾ ਪਲੀਜ਼ ਵੀ ਮੈਨੂੰ ਇੱਕ ਗਾਣਾ ਗਵਾ ਲਓ ਤੁਸੀਂ ਤਾਂ ਅਸੀਂ ਜਦੋਂ ਇਹ ਤੋਂ ਗਾਣਾ ਗਵਾਉਂਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਅਸੀਂ ਖੁਦ ਹੈਰਾਨ ਹੋ ਜਾਂਦੇ ਵੀ ਇੰਨੀ ਵਧੀਆ ਆਵਾਜ਼ ਦੇ ਵਿੱਚ ਇਹ ਗਾਣਾ ਗਾਉਂਦਾ ਸਾਨੂੰ ਆਪਣੇ ਬੱਚੇ ਤੇ ਬਹੁਤ ਮਾਣ ਹੈ ਔਰ ਸਭ ਤੋਂ ਵੱਧ ਧੰਨਵਾਦ ਮੈਂ ਪੀਟੀਸੀ ਦਾ ਕਰਨਾ ਚਾਹਣਾਗਾ ਜਿਨ੍ਹਾਂ ਨੇ ਇਸ ਬੱਚੇ ਨੂੰ ਇੰਨਾ ਪਲੇਟਫਾਰਮ ਦਿੱਤਾ ਕਿਉਂਕਿ ਲੋਅਰ ਮਿਡਲ ਕਲਾਸ ਫੈਮਲੀ ਨਾਲ ਸੰਬੰਧ ਤੋਣ ਕਾਰਨ ਬੱਚਾ ਇੰਨੇ ਸੋਰਸਸ ਨਹੀਂ ਹੁੰਦੀ ਵੀ ਇੰਨਾ ਉੱਪਰ ਤੱਕ ਪਹੁੰਚ ਸਕੀ ਪੀਟੀਸੀ ਦਾ ਲਈ ਬਹੁਤ ਬਹੁਤ ਸਾਰਾ ਕ੍ਰੈਡਿਟ ਜਿਹਕੇ ਜਿੱਥੇ ਪ੍ਰਗਟ ਦੀ ਮਿਹਨ ਦਾ ਕ੍ਰੈਡਿਟ ਹੈ ਉਤੇ ਪੀਟੀਸੀ ਦਾ ਵੀ ਬਹੁਤ ਜਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਬੱਚੇ ਨੂੰ ਪਲੇਟਫਾਰਮ ਦਿੱਤਾ ਔਰ ਇਥੋਂ ਤੱਕ ਪਹੁੰਚਾਇਆ ਧੰਨਵਾਦ ਪਿੰਡ ਵਾਸੀ ਵੀ ਕੁਝ ਮੌਜੂਦ ਨੇ ਤੁਹਾਡੇ ਕੋਲ ਵੀ ਰਹਿੰਦਾ ਰਿਹਾ ਤੁਹਾਡੇ ਹੱਥਾਂ 'ਚ ਪਲਦਾ ਰਿਹਾ ਤੁਹਾਡੇ ਤੁਸੀਂ ਵੀ ਕਾਫੀ ਗੁਰ ਦਿੱਤੇ ਨੇ ਇਹਨੂੰ ਅੱਜ ਕਿਵੇਂ ਮਹਿਸੂਸ ਕਰ ਰਹੇ ਹੈਗੇ ਹਾਂ ਵੈਸੇ ਤਾਂ ਸਭ ਤੋਂ ਪਹਿਲਾਂ ਤਾਂ ਪੀਟੀਸੀ ਪੰਜਾਬੀ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਮੈਨੂੰ 2010 ਤੋਂ ਹੀ ਬਹੁਤ ਉਮੀਦ ਸੀਗੀ ਇੱਕ ਆਸ ਸੀਗੀ ਕਿ ਪ੍ਰਗਟ ਤੇ ਇਹਨਾਂ ਦੇ ਵੱਡੇ ਵੀਰ ਜਿਹੜੇ ਗੱਗੂ ਨੋ ਵੀ ਪੰਜਾਬੀ ਫਿਲਮਾਂ 'ਚ ਕੰਮ ਕਰ ਰਹੇ ਆ ਅੱਜਕੱਲ ਤੇ ਸਾਨੂੰ ਉਮੀਦ ਸੀ ਤੇ ਮੈਂ ਕਹਿਣਾ ਵੀ ਅੱਜ ਉਮੀਦ ਦਾ ਇੱਕ ਛੋਟਾ ਜਿਹਾ ਇੱਕ ਨਾ ਜਿੱਦਾਂ ਕਹਿੰਦੇ ਹੁੰਦੇ ਆ ਇੱਕ ਟਹਿਣੀ ਦੇ ਉੱਤੇ ਬਹੁਤ ਕੰਡੇ ਲੱਗੇ ਹੁੰਦੇ ਨੇ ਪਰ ਇੱਕ ਦਿਨ ਉਹ ਟਹਿਣੀ ਏਸੇ ਉਮੀਦ ਵਿੱਚ ਖੜੀ ਰਹਿੰਦੀ ਆ ਵੀ ਕਿਤੇ ਨਾ ਕਿਤੇ ਉਹ ਸਮਾਂ ਆਊਗਾ ਫੁੱਲ ਖਿਲੇਗਾ ਤੇ ਮੈਂ ਸਮਝਦਾ ਵੀ ਅੱਜ ਜਿਹੜਾ ਉਹ ਫੁੱਲ ਖਿលਿਆਗਾ ਤੇ ਮੈਂ ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਪੀਟੀਸੀ ਪੰਜਾਬੀ ਦਾ ਤੇ ਜਿਹੜੇ ਨਾਲ ਸਹਿਯੋਗ ਦਿੰਦਾ ਹੈ ਸਾਰਿਆਂ ਨੂੰ ਇੱਕੋ ਹੀ ਬੇਨਤੀ ਗੁਜਾਰਸ਼ ਕਰਾਂਗੇ ਕਿ ਸਾਡਾ ਅੱਗੇ ਵੀ ਇਸੇ ਤਰ੍ਹਾਂ ਜਿਹੜਾ ਸਹਿਯੋਗ ਦਿੰਦਾ ਰਹੋ ਮਿਹਨਤ ਇਹਦੀ ਆ ਫਲ ਪ੍ਰਮਾਤਮਾ ਨੇ ਲਾਇਆ ਅਸੀਂ ਧੰਨਵਾਦੀ ਕਰਦੇ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਸਾਡੇ ਨਾਲ ਕਿਵੇਂ ਮਹਿਸੂਸ ਕਰਦੇ ਹੋ ਅੱਜ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਚ ਚਮਕਿਆ ਹੈਗਾ ਪ੍ਰਗਟ ਨੇ ਨਾਂ ਚਮਕਾਇਆ ਕੀ ਕਹਿਣਾ ਚਾਹੂਗਾ ਪਹਿਲਾਂ ਤਾਂ ਜੀ ਪੀਟੀਸੀ ਪੰਜਾਬੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਵੈਸੋ ਪੰਜਾਬ 14 ਦੇ ਵਿੱਚ ਮੌਕਾ ਦਿੱਤਾ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਆ ਪੂਰੇ ਸਾਡੇ ਮਾਲਵੇ ਲਈ ਖੁਸ਼ੀ ਦੀ ਗੱਲ ਆ ਜਿੱਥੇ ਕਿ ਸਾਡਾ ਪਿੰਡ ਹੁਣ ਤੱਕ ਹਰ ਇੱਕ ਪੱਖੋਂ ਪਛੜਿਆ ਹੋਇਆ ਸੀ ਜਿਹਨੂੰ ਕੋਈ ਨਹੀਂ ਜਾਣਦਾ ਸੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਮਹਾਰਾਜ ਅੱਗੇ ਵੀ ਇਹ ਵੀ ਇੱਕ ਟਿੱਬਿਆਂ ਦਾ ਪੁੱਤ ਸਿੱਧੂ ਮੂਸੇ ਵਾਲੇ ਨੂੰ ਉੱਭਰ ਕੇ ਆਵੇ ਸਾਡੇ ਪਿੰਡ ਦਾ ਨਾਮ ਉੱਚਾ ਹੋਵੇ ਅਸੀਂ ਬਹੁਤ ਖੁਸ਼ ਆ ਜੀ ਬਿਲਕੁਲ ਆ ਇਹ ਸਨ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਜੋ ਕਿ ਪ੍ਰਗਟ ਸਿੰਘ ਦੀ ਖੁਸ਼ੀ ਚ ਜਿੱਥੇ ਸ਼ਰੀਕ ਹੋਏ ਨੇ ਖੁਸ਼ੀ ਮਨਾ ਰਹੇ ਨੇ ਉੱਥੇ ਹੀ ਪੀटीसी ਪੰਜਾਬੀ ਦਾ ਵੀ ਧੰਨਵਾਦ ਕਰ ਰਹੇ ਨੇ ਕਿ ਪੀटीसी ਪੰਜਾਬੀ ਵੱਲੋਂ ਲਗਾਤਾਰ ਜਿੱਥੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਮਨੀਸ਼ ਗਰ ਪੀਟੀਸੀ ਨਿਊਜ਼ ਬਠਿੰਡਾ